ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਸੋ ਗੁਰੂ ਘਰ ਦੇ ਪਿਆਰੇ ਪਿਆਰੇ ਮਹਾਨ ਕੀਰਤਨੀਏ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ, ਉਹਨਾਂ ਨੇ ਕੀਰਤਨ ਦੀ ਮਹਾਨ ਸੇਵਾ ਨਿਭਾਈ ਹੈ। ਹੁਣ ਬੇਨਤੀ ਕਰਾਂਗੇ ਗੁਰੂ ਰਾਮਦਾਸ ਮਹਾਰਾਜ ਦੇ ਮਹਾਨ ਦਰ ਦੇ ਕੀਰਤਨੀਏ, ਵੱਡੇ ਦਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ, ਸ਼੍ਰੀ ਦਰਬਾਰ ਸਾਹਿਬ ਵਾਲੇ, ਉਹ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਸੋ ਮਹਾਂਪੁਰਖਾਂ ਨੇ, ਕਿਉਂਕਿ ਉਹਨਾਂ ਦਾ ਜੀਵਨ ਹੈ ਪਰਉਪਕਾਰੀ ਜੀਵਨ ਹੈ, ਅਤੇ ਪ੍ਰੇਰਣਾ ਇਹੀ ਲੈਣੀ ਆਪਾਂ ਵੀ ਵਿੱਚ ਦੁਨੀਆ ਸੇਵ ਕਮਾਈ ਹੈ। ਸੇਵਾ ਅਤੇ ਸਿਮਰਨ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਉਹ ਆਧਾਰ ਤਾਂ ਬਣੇਗਾ ਜਦੋਂ ਗੁਰੂ ਘਰ ਆ ਕੇ ਸਤਸੰਗਤ ਕਰਾਂਗੇ, ਸਤਸੰਗਤ 'ਚੋਂ ਐਸਾ ਜੀਵਨ ਮਿਲਦਾ ਹੈ। ਸਤਿਗੁਰ ਹੀ ਜਨਮ ਬਖਸ਼ਿਸ਼ ਕਰਦੇ ਹਨ, ਫਿਰ ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਉੱਥੇ ਫਿਰ ਆਵਾਗਮਨ ਦਾ ਚੱਕਰ ਹੀ ਮਿਟ ਜਾਂਦਾ, ਸੱਚੀਆਂ ਖੁਸ਼ੀਆਂ ਮਿਲਦੀਆਂ ਹਨ। ਜਿੱਥੇ ਅੱਜ ਆਪ ਜੀ ਕੀਰਤਨ ਦਰਬਾਰ 'ਚ ਹਾਜ਼ਰੀ ਭਰ ਰਹੇ, ਉੱਥੇ ਉਪਰੰਤ ਹੁਣ ਕਵੀ ਦਰਬਾਰ ਵੀ ਆਰੰਭ ਹੋਣਾ ਹੈ। ਗੁਰੂ ਘਰ ਦੇ ਮਹਾਨ ਕਵੀ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਵੀ ਦਰਬਾਰ ਆਰੰਭ ਕੀਤੇ, 52 ਕਵੀ ਰੱਖੇ ਸਨ। ਸੋ ਉਹਨਾਂ ਕਵੀ ਦਰਬਾਰ ਵਿੱਚ ਹੀ ਆਪਾਂ ਕਵਿਤਾਵਾਂ ਰਾਹੀਂ ਗੁਰਜਤ ਜਸ ਸਰਵਣ ਕਰਨਾ ਹੈ। ਸੋ ਬੇਨਤੀ ਕਰ ਰਹੇ ਹਾਂ ਭਾਈ ਸਾਹਿਬ ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲੇ ਗੁਰੂ ਘਰ ਦੇ ਮਹਾਨ ਕੀਰਤਨੀਏ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਰ ਦੇ ਮਹਾਨ ਕੀਰਤਨੀਏ, ਉਹ ਕੀਰਤਨ ਦਾ ਸੇਵਾ ਨਿਭਾ ਰਹੇ ਹਨ। ਕੱਲ੍ਹ ਦਾ ਜੋ ਵਿਸ਼ੇਸ਼ ਦੀਵਾਨ, ਨਾਲ ਹੀ ਬੇਨਤੀ ਭਾਈ, ਇਹ 21, 22, 23 ਅਗਸਤ ਹਰ ਸਾਲ ਸਾਲਾਨਾ ਮਹਾਨ ਗੁਰਮਤਿ ਸਮਾਗਮ, ਸੇਵਾ ਪੰਥੀ ਮਹਾਂਪੁਰਖ ਜਿਨ੍ਹਾਂ ਦੀ ਐਸੀ ਭਾਵਨਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ, ਇਹ ਗੁਰੂ ਘਰ ਦੀ ਪ੍ਰੇਰਣਾ ਹੈ। ਸਾਡੇ ਅੰਦਰ ਵੀ ਵਾਹਿਗੁਰੂ, ਬਾਹਰ ਵੀ ਵਾਹਿਗੁਰੂ, ਸਾਡੇ ਰੋਮ ਰੋਮ 'ਚ ਵਾਹਿਗੁਰੂ ਹੈ, ਪਰ ਦਿਸਦਾ ਨਹੀਂ, ਕਿਉਂਕਿ ਅਜੇ ਚੰਮ ਦ੍ਰਿਸ਼ਟੀ ਹੈ। ਇਹ ਚੰਮ ਦ੍ਰਿਸ਼ਟੀ ਏ, ਇਹ ਮੇਰੇ ਆਂਢੀ ਗੁਆਂਢੀ ਇਹ ਚੰਗੇ ਨਹੀਂ ਹਨ, ਉਹ ਮਾੜਾ ਹੈ, ਨਹੀਂ ਭਾਈ ਇਹ ਦੁਸ਼ਮਣ, ਇਹ ਭਾਵਨਾ ਨਹੀਂ। ਕਿਉਂਕਿ ਜਬਲਗ ਧਾਰੈ ਕੋ ਬੈਰੀ ਮੀਤ, ਤਬਲਗ ਨਿਹਚਲ ਨਾਹੀਂ ਚੀਤ। ਸਾਡਾ ਚਿੱਤ ਟਿਕ ਨਹੀਂ ਸਕਦਾ, ਇਹ ਭਾਵਨਾ ਖਤਮ ਕਰਨੀ ਅਰਦਾਸ ਤਾਂ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਪਰ ਗੁਆਂਢੀਆਂ ਦਾ ਮਾੜਾ ਮੰਗਦੇ ਹਾਂ, ਪੁੱਤਰ ਆਪਣੇ ਪਿਓ ਦਾ ਮਾੜਾ ਮੰਗੀ ਜਾਂਦਾ ਹੈ, ਪਿਤਾ ਕਈ ਵਾਰ ਆਪਣੇ ਪੁੱਤਰ ਦਾ ਵੀ ਮਾੜਾ ਮੰਗ ਲੈਂਦਾ, ਕਈ ਵਾਰ ਗੁੱਸੇ 'ਚ ਆ ਕੇ। ਨਹੀਂ ਪਿਆਰਿਓ, ਅੰਦਰ ਭਾਵਨਾ ਬਾਹਰ ਪੀਤਰ, ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਸੋ ਕੀਰਤਨ ਆਰੰਭ ਕਰਨ, ਕੀਰਤਨ ਭਗਤੀ ਜੁੜੋ, ਅਤੇ ਕੱਲ੍ਹ ਵੀ ਮਹਾਨ ਕੀਰਤਨ ਜਿੱਥੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵਾਲੇ, ਗਿਆਨੀ ਪਿੰਦਰਪਾਲ ਸਿੰਘ, ਉਹਨਾਂ ਨੇ ਵੀ ਪਹੁੰਚਣਾ ਹੈ। ਇਹ 3 ਦਿਨ ਦਾ ਮਹਾਨ ਸਮਾਗਮ ਹੈ, ਅਤੇ ਆਪਾਂ ਵੀ ਮਹਾਨ ਬਣ ਜਾਵਾਂਗੇ ਜਦੋਂ ਮਹਾਨ ਗੁਰੂ ਘਰ ਦੇ ਕੀਰਤਨ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ। ਬਾਣੀ ਜਹਾਜ਼ ਹੈ, ਇਸ ਜਹਾਜ਼ 'ਚ ਆਪਾਂ ਚੜ੍ਹਨਾ। ਸੋ ਜਕਾਰਾ ਬੁਲੰਦ ਕਰੋ, ਸਾਰੇ ਹਾਜ਼ਰੀ ਲਗਵਾਵੋ, ਬੋਲੇ ਸੋ ਨਿਹਾਲ। 10 ਵਜੇ ਤੱਕ ਭਾਈ ਸਾਹਿਬ ਜੀ ਕੀਰਤਨ ਦੀ ਹਾਜ਼ਰੀ ਭਰਨਗੇ, ਫਿਰ ਉਪਰੰਤ ਕਵੀ ਦਰਬਾਰ ਆਰੰਭ ਹੋਵੇਗਾ ਜੀ। ਗੱਜ ਵੱਜ ਕੇ ਫਤਿਹ ਬੁਲਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਤੇਰੇ ਪਰੋਸੇ ਪਿਆਰੇ ਮੈਂ ਲਾਡਲ ਡਾਇਆ 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 ਪਰੋਸੇ ਪਿਆਰੇ ਮੈਂ ਲਾਡਲ ਡਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਚੁੱਕੇ ਮਾਰਕ ਤੂੰ ਹਰ ਪਿਤਾ ਮਾਇਆ ਤੇਰੇ ਪਰੋਸੇ ਪਿਆਰੇ ਮੈਂ ਲਾਡਲ ਡਾਇਆ ਤੇਰੇ ਪਰੋਸੇ ਪਿਆਰੇ ਮੈਂ ਲਾਡਲ ਡਾਇਆ ਭੁੱਲੇ ਚੁੱਕੇ ਬਾਰਕ ਛੋਕੇ ਬਾਰਕ ਤੂੰ ਹਰ ਪਿਤਾ ਮਾਇਆ ਭੁੱਲ ਛੋਕੇ ਬਾਰਕ ਤੂੰ ਹਰ ਪਿਤਾ ਮਾਇਆ ਤੇਰੇ ਪਰੋਸੇ
सबेते बाहर बेमोहताज बापा सब हिम्मत सबेते बेमोहताज बापा पर
छड़ सिंगासन
सिंहासन हर जी आए
ਦੀ ਹੋਰ ਹਾਜ਼ਰੀ ਕਿਉਂਕਿ ਭਾਈ ਘਨੱਈਆ ਜੀਜਾ ਜੋ 300 ਸਾਲਾ ਸ਼ਤਾਬਦੀ ਆ ਰਹੀ ਹੈ ਭਾਈ ਘਨੱਈਆ ਸਾਹਿਬ ਜੀ ਦੇ 300 ਸਾਲਾ ਸ਼ਤਾਬਦੀ ਨੂੰ ਇਹ ਜਿੱਥੇ ਸਮਰਪਿਤ ਨੇ ਸਮਾਗਮ ਉੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਨੇ ਸਮਾਗਮ ਆਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਕਰਾਏ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਆਓ ਬੜੇ ਪਿਆਰ ਦੇ ਨਾਲ ਜਿੰਨੇ ਵੀ ਆਪਾਂ ਬੈਠੇ ਹਾਂ ਸਾਰਿਆਂ ਨੇ ਹਾਜ਼ਰੀਆਂ ਲਵਾਉਣੀਆਂ ਨੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਮਹਾਂਪੁਰਖਾਂ ਵੱਲੋਂ ਸਹਿਯੋਗੀਆਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਸਮਾਗਮ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ ਨੇ ਮੇਰੀ ਬੇਨਤੀ ਹੈ ਸੰਗਤਾਂ ਨੂੰ ਕਿ ਥੋੜ੍ਹਾ ਜਿਹਾ ਆਨੰਦ ਵਿੱਚ ਬੈਠੋ ਮੱਥਾ ਟੇਕਣ ਵਾਲੀਆਂ ਸੰਗਤਾਂ ਉਹ ਵੀ ਬੜੇ ਪਿਆਰ ਵਿੱਚ ਹਿੱਲ ਜੁੱਲ ਨਹੀਂ ਇੱਕ ਸ਼ਬਦ ਦੀ ਹੋਰ ਹਾਜ਼ਰੀ ਬੜੇ ਆਨੰਦ ਵਿੱਚ ਪਿਆਰ ਵਿੱਚ ਇੱਕ ਭਾਵਨਾ ਬਣਾਈਏ ਆਪਣੇ ਹਿਰਦਿਆਂ ਦੇ ਅੰਦਰ ਸਾਰੇ ਚਰਨਾਂ ਵਿੱਚ ਮੈਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਆਓ ਸਾਰੇ ਹਾਜ਼ਰੀਆਂ ਲਵਾਓ ਜੀ ਇਸ ਸ਼ਬਦ ਦੇ ਨਾਲ ਸਮਾਪਤੀ ਹੈ ਤੇਰੀ ਸੇਵਾ 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 ਜਿਸ ਤੂੰ ਆਪ ਕਰਾਏ
ਮਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸ਼ਰਧਾ ਲਾਏ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਸਤਿਗੁਰ ਆਪੇ ਕਰਨੇ ਹਾਰਾ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕੋ ਬਲਿਹਾਰਾ ਚਰਨ ਤੋੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕੋ ਬਲਿਹਾਰਾ ਤੇਰੀ ਸੇਵਾ ਕਮਲ ਤੇਰੇ ਕੋਈ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ
ਜਿਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ ਕੁਰਬਾਨ ਜਾਈ ਸ਼ਰਦਾ ਲਾਏ ਤਾਹਬੇ ਗੁਟ ਜਹ ਕੀਰਤਨ ਤੇਰਾ ਸ਼ਰਦਾ ਲਾਏ ਤੇਰੀ ਸੇਵਾ ਕੋਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਤਰਸ ਕਰਕੇ ਦਾਸਰਿਆਂ ਕੋਲੋਂ ਸੇਵਾ ਲਈ ਜੀ ਆਪ ਜੀ ਸਾਰੀਆਂ ਸੰਗਤਾਂ ਦਾ ਸਮੂਹ ਪ੍ਰਬੰਧਕਾਂ ਦਾ ਮਹਾਂਪੁਰਖਾਂ ਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਫਿਰ ਇਸੇ ਤਰ੍ਹਾਂ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ ਗੱਜ ਵੱਜ ਕੇ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ